ਗੁਰਜੰਟ ਚੌਥੀ ਜਮਾਤ ਦੇ ਵਿੱਚ ਪੜ੍ਹਦਾ ਸੀਗਾ ਜਦੋਂ ਤੋਂ ਉਹਦੇ ਮਨ ਦਾ ਸ਼ੌਂਕ ਜਾਗਿਆ ਵੀ ਮੈਂ ਹੋਕੀ ਖੇਡਣੀ ਹੈ ਅਤੇ ਮਾਮਾ ਜੀ ਹੋਕੀ ਖੇਡਦੇ ਸੀ ਪਹਿਲਾਂ ਉਹਦੇ ਵੱਲ ਹੀ ਦੇਖ ਕੇ ਇਹਦਾ ਥੋੜ੍ਹਾ ਜਿਹਾ ਧਿਆਨ ਉਸ ਪਾਸੇ ਨੂੰ ਬਣਿਆ ਉੱਥੇ ਸ਼ਾਹਬਾਦ ਅਕੈਡਮੀ ਦੇ ਵਿੱਚ ਇਹਨੂੰ ਐਡਮਿਸ਼ਨ ਦਵਾਤੀ ਹੈਗੀ ਅਤੇ ਉੱਥੇ ਰਿਹਾ ਸਾਲ ਡੇਢ ਸਾਲ ਰਿਹਾ ਹੈਗਾ ਅਤੇ ਉਸ ਤੋਂ ਬਾਅਦ ਚੰਡੀਗੜ੍ਹ ਤੋਂ ਟ੍ਰਾਇਲ ਲੈਣ ਵਾਸਤੇ ਆਏ ਹੈਗੇ ਜੂਨੀ ਆਪਣੇ ਬਤਾਈ ਸੈਕਟਰ ਤੋਂ ਉੱਥੇ ਮੁੜ ਕੇ ਸਿਲੈਕਸ਼ਨ ਬਤਾਈ ਸੈਕਟਰ 'ਚ ਹੋ ਗਈ ਹੈਗੀ ਉੱਥੇ 7 ਸਾਲ ਇਹਦਾ ਜਿਹੜਾ ਐਗਰੀਮੈਂਟ ਗੌਰਮੈਂਟ ਨਾਲ ਹੋ ਗਿਆ ਸੀਨੀਅਰ ਪਲੇਅਰਾਂ ਦੇ ਨਾਲ ਇਹਨੇ ਪ੍ਰੈਕਟਿਸ ਕੀਤੀ ਹੈਗੀ ਸੀਨੀਅਰ ਪਲੇਅਰਾਂ ਤੋਂ ਹੀ ਨਾਲ ਉਹਨਾਂ ਦੇ ਮਤਲਬ ਪ੍ਰੈਕਟਿਸ ਕਰਦਾ ਕਰਦਾ ਇਹ ਜੂਨ ਦੀ ਟੀਮ 'ਤੇ ਗਿਆ ਹੈਗਾ ਕਾਫੀ ਕੰਟਰੀਆਂ ਦੇ ਵਿੱਚ ਜਾ ਕੇ ਖੇਡ ਗਏ ਕਾਮਨਵੈਲਥ ਵੀ ਏਸ਼ੀਆ ਗੇਮਾਂ ਸਾਰੀਆਂ ਕਾਫੀ ਇੰਟਰਨੈਸ਼ਨਲ ਕਾਫੀ ਮੈਚ ਖੇਡੇ ਨੇ ਅਤੇ ਜਦੋਂ 2016 ਦੇ ਵਿੱਚ ਵਰਲਡ ਕੱਪ ਹੋਇਆ ਹੈਗਾ ਉਦੋਂ ਵੀ 8 ਮਿੰਟ ਬਾਅਦ ਇਹਨੇ ਗੋਲ ਕੀਤਾ ਸੀਗਾ ਪਹਿਲਾ ਗੋਲ ਬੈਲਜੀਅਮ ਨੂੰ ਇਹਨੇ ਕੀਤਾ ਸੀਗਾ ਦੂਜਾ ਗੋਲ ਇਹਦੇ ਮਾਮਾ ਜੀ ਦਾ ਲੜਕਾ ਸੀ ਆ ਸਿਮਰਨਜੀਤ ਦੂਜਾ ਗੋਲ ਉਹਦਾ ਸੀਗਾ ਉਦੋਂ 2 'ਤੇ ਇੰਡੀਆ ਆਪਣਾ ਫਾਈਨਲ ਜਿੱਤਿਆ ਸੀਗਾ ਉਸ ਟਾਈਮ 'ਤੇ ਉਹਨੂੰ ਮਾਈਨ ਆਫ ਦੀ ਮੈਚ ਮਿਲਿਆ ਸੀਗਾ ਉਦੋਂ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਸੀ ਸ਼ਹਿਰੀ ਹਾਕੀ ਟੀਮ ਵੱਲੋਂ ਕੁਆਟਰ ਫਾਈਨਲ ਦੇ ਵਿੱਚ ਗ੍ਰੇਟ ਬ੍ਰਿਟੇਨ ਨੂੰ 3-1 ਹਰਾਇਆ ਗਿਆ ਹੈ ਤੁਸੀਂ ਦੱਸਿਆ ਕਿ ਇਸ ਵਿੱਚ ਜੋ ਮੈਚ ਦੇ ਵਿੱਚ ਜੋ 3 ਗੋਲ ਹਨ 3 ਹੀ ਪੰਜਾਬੀ ਗੱਭਰੂ ਵੱਲੋਂ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 1 ਗੋਲ ਗੁਰਜੰਟ ਸਿੰਘ ਵੱਲੋਂ ਕੀਤਾ ਗਿਆ ਹੈ ਅੰਮ੍ਰਿਤਸਰ ਦੇ ਪਿੰਡ ਦਲੈਰਾ ਦੇ ਵਾਸੀ ਗੁਰਜੰਟ ਸਿੰਘ ਦੇ ਪਰਿਵਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਖੁਸ਼ੀ ਦਾ ਮਾਹੌਲ ਹੈ ਪਰਿਵਾਰ ਦੇ ਮੈਂਬਰਾਂ ਦਾ ਮੂੰਹ ਮਿੱਠਾ ਕਰਾਇਆ ਜਾ ਰਿਹਾ ਪਿੰਡ ਵਾਸੀਆਂ ਵੱਲੋਂ ਅਤੇ ਪਰ ਗੱਲਬਾਤ ਕਰਦੇ ਹਾਂ ਕੀ ਨਾਂ ਤੁਹਾਡਾ ਮੇਰਾ ਨਾਂ ਬਲਦੇਵ ਸਿੰਘ ਮੈਂ ਗੁਰਜੰਟ ਦਾ ਫਾਦਰ ਹੈਗਾ ਕਿੱਦਾਂ ਮਹਿਸੂਸ ਕਰਦੇ ਹੋ ਕਿ ਜਿਸ ਪਰਫੋਰਮੈਂਸ ਰਹੀ ਇਹਨਾਂ ਦੀ ਬੜੀ ਵਧੀਆ ਪਰਫੋਰਮੈਂਸ ਰਹੀ ਹੈਗੀ ਪਹਿਲੇ ਮੈਚ ਵੀ ਬੜੇ ਵਧੀਆ ਖੇਡੇ ਆ ਅੱਜ ਵੀ ਬੜਾ ਮੈਚ ਬੜਾ ਟਫ ਸੀਗਾ ਚਲੋ ਪਰਮਾਤਮਾ ਨੇ ਕਿਰਪਾ ਕੀਤੀ ਹੈ ਕਿ ਮੈਚ ਜਿੱਤੇ ਹੈਗੇ ਸਾਡੇ ਮਨ ਨੂੰ ਖੁਸ਼ੀ ਆ ਸਾਰੇ ਇਲਾਕੇ ਨੂੰ ਖੁਸ਼ੀ ਸਾਰੇ ਨਗਰ ਨੂੰ ਸਾਰੇ ਦੇਸ਼ ਨੂੰ ਖੁਸ਼ੀ ਹੈਗੀ ਚਲੋ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਬੜਾ ਮੁੰਡਿਆਂ ਨੇ ਮਿਹਨਤ ਦੇ ਨਾਲ ਇਹ ਮੈਚ ਜਿੱਤਿਆ ਅੱਜ ਅਤੇ ਬਾਕੀ ਅਗਲੀ ਟੀਮ ਵੀ ਚੰਗੀ ਸੀਗੀ ਅਤੇ ਬੜੀ ਮਨ ਨੂੰ ਖੁਸ਼ੀ ਹੈਗੀ ਪਰਮਾਤਮਾ ਕਿਰਪਾ ਕਰੇ ਹੁਣ ਸੈਮੀਫਾਈਨਲ ਜਿੱਤਣ ਅਤੇ ਗੋਲਡ ਮੈਡਲ ਲੈ ਕੇ ਆਉਣ ਅਸੀਂ ਭੰਗੜੇ ਪਾਵਾਂਗੇ ਕਦੋਂ ਤੋਂ ਗੁਰਜੰਟ ਜਿਹੜਾ ਹਾਕੀ ਖੇਡ ਰਿਹਾ ਗੁਰਜੰਟ ਨੇ ਕਦੋਂ ਤੋਂ ਹਾਕੀ ਖੇਡਣੀ ਸ਼ੁਰੂ ਕੀਤੀ ਗੁਰਜੰਟ ਚੌਥੀ ਜਮਾਤ ਦੇ ਵਿੱਚ ਪੜ੍ਹਦਾ ਸੀਗਾ ਜਦੋਂ ਤੋਂ ਉਹਦੇ ਮਨ ਦਾ ਸ਼ੌਂਕ ਜਾਗਿਆ ਵੀ ਮੈਂ ਹਾਕੀ ਖੇਡਣੀ ਹੈ ਅਤੇ ਮਾਮਾ ਜੀ ਹਾਕੀ ਖੇਡਦੇ ਸੀ ਪਹਿਲਾਂ ਉਹਦੇ ਵੱਲ ਹੀ ਦੇਖ ਕੇ ਇਹਦਾ ਥੋੜ੍ਹਾ ਜਿਹਾ ਧਿਆਨ ਉਸ ਪਾਸੇ ਨੂੰ ਬਣਿਆ ਚਲੋ ਸਾਡਾ ਸ਼ੁਰੂ ਤੋਂ ਖੇਤੀਬਾੜੀ ਸੀ ਅਸੀਂ ਖੇਤੀਬਾੜੀ ਕਰਦੇ ਸੀਗੇ ਅਤੇ ਮਾਮਾ ਜੀ ਤੋਂ ਆਪਣੇ ਤੋਂ ਉਹਨੂੰ ਪ੍ਰੇਰਨਾ ਮਿਲੀ ਹੈਗੀ ਅਤੇ ਉੱਥੇ ਸ਼ਾਹਬਾਦ ਅਕੈਡਮੀ ਦੇ ਵਿੱਚ ਇਹਨੂੰ ਅਸੀਂ ਐਡਮਿਸ਼ਨ ਦਵਾਤੀ ਹੈਗੀ ਅਤੇ ਉੱਥੇ ਰਿਹਾ ਸਾਲ ਡੇਢ ਸਾਲ ਰਿਹਾ ਹੈਗਾ ਅਤੇ ਉਸ ਤੋਂ ਬਾਅਦ ਚੰਡੀਗੜ੍ਹ ਤੋਂ ਟ੍ਰਾਇਲ ਲੈਣ ਵਾਸਤੇ ਆਏ ਹੈਗੇ ਜੂਨੀ ਆਪਣੇ ਬਤਾਈ ਸੈਕਟਰ ਤੋਂ ਉੱਥੇ ਮੁੜ ਕੇ ਸਿਲੈਕਸ਼ਨ ਬਤਾਈ ਸੈਕਟਰ 'ਚ ਹੋ ਗਈ ਹੈਗੀ ਉੱਥੇ 7 ਸਾਲ ਇਹਦਾ ਜਿਹੜਾ ਐਗਰੀਮੈਂਟ ਸੀ ਗੌਰਮੈਂਟ ਦੇ ਨਾਲ ਹੋ ਗਿਆ ਹੈਗਾ ਉੱਥੋਂ ਮੁੜ ਕੇ ਇਹਦਾ ਐਗਰੀਮੈਂਟ ਤੋਂ ਬਾਅਦ ਦੇ ਵਿੱਚ ਜੂਨੀਅਰ ਪਲੇਅਰਾਂ ਮਤਲਬ ਸੀਨੀਅਰ ਪਲੇਅਰਾਂ ਦੇ ਨਾਲ ਇਹਨੇ ਪ੍ਰੈਕਟਿਸ ਕੀਤੀ ਹੈਗੀ ਸੀਨੀਅਰ ਪਲੇਅਰਾਂ ਤੋਂ ਹੀ ਨਾਲ ਉਹਨਾਂ ਦੇ ਮਤਲਬ ਪ੍ਰੈਕਟਿਸ ਕਰਦਾ ਕਰਦਾ ਇਹ ਜੂਨੀਅਰ ਟੀਮ 'ਚ ਗਿਆ ਹੈਗਾ ਜੂਨੀਅਰ ਟੀਮ ਦੇ ਵਿੱਚ ਵੀ ਇਹਦਾ ਚੰਗਾ ਵਧੀਆ ਪ੍ਰਦਰਸ਼ਨ ਰਿਹਾ ਚੰਗਾ ਵਧੀਆ ਇਹ ਖੇਡਿਆ ਵਾ ਸਾਰੇ ਮੈਚ ਮਤਲਬ ਕਾਫੀ ਕੰਟਰੀਆਂ ਦੇ ਵਿੱਚ ਜਾ ਕੇ ਖੇਡ ਗਏ ਇਹ ਕਾਮਨਵੈਲਥ ਵੀ ਏਸ਼ੀਆ ਗੇਮਾਂ ਸਾਰੀਆਂ ਕਾਫੀ ਇੰਟਰਨੈਸ਼ਨਲ ਕਾਫੀ ਮੈਚ ਖੇਡੇ ਨੇ ਅਤੇ ਜਦੋਂ 2016 ਦੇ ਵਿੱਚ ਵਰਲਡ ਕੱਪ ਹੋਇਆ ਹੈਗਾ ਉਦੋਂ ਵੀ 8 ਮਿੰਟ ਬਾਅਦ ਇਹਨੇ ਗੋਲ ਕੀਤਾ ਸੀਗਾ ਪਹਿਲਾ ਗੋਲ ਬੈਲਜੀਅਮ ਨੂੰ ਇਹਨੇ ਕੀਤਾ ਸੀਗਾ ਦੂਜਾ ਗੋਲ ਇਹਦੇ ਮਾਮਾ ਜੀ ਦਾ ਲੜਕਾ ਸੀ ਆ ਸਿਮਰਨਜੀਤ
ਦੂਜਾ ਗੋਲ ਉਹਦਾ ਸੀਗਾ। ਉਦੋਂ 2 'ਤੇ ਇੰਡੀਆ ਆਪਣਾ ਫਾਈਨਲ ਜਿੱਤਿਆ ਸੀਗਾ। ਉਸ ਟਾਈਮ 'ਤੇ ਇਹਨੂੰ ਮਾਈਨ ਆਫ ਦੀ ਮੈਚ ਮਿਲਿਆ ਸੀਗਾ, ਉਦੋਂ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਸੀ। ਉਸ ਤੋਂ ਬਾਅਦ ਇਹਦਾ ਬਾਅਦ 'ਚ ਸੀਨੀਅਰ ਟੀਮ 'ਚ ਗਿਆ, ਸੀਨੀਅਰ ਟੀਮ 'ਚ ਵੀ ਕਾਫੀ ਮੈਚ ਇਹਨੇ ਮਤਲਬ ਵੀ ਖੇਡੇ ਹੈਗੇ, ਆਪਣੇ ਦੇਸ਼ ਵਾਸਤੇ ਦੇਸ਼ ਦੀ ਬੜੀ ਸੇਵਾ ਕੀਤੀ ਹੈਗੀ। ਅਤੇ ਉਦੋਂ ਵੀ ਪਤਾ ਕਿਹੜੇ ਦੇਸ਼ ਦੇ ਨਾਲ ਮੈਨੂੰ ਇੱਕ ਮਿੰਟ ਮਾੜਾ ਆ ਅਤੇ ਹੋ ਰਿਹਾ ਸੀ। ਉਦੋਂ ਇਹਨੇ 8 ਸੈਕਿੰਡ 'ਚ ਗੋਲ ਕੀਤਾ ਹੈਗਾ, 8 ਸੈਕਿੰਡ ਇੱਕ ਵਰਲਡ ਦਾ ਰਿਕਾਰਡ ਹੈਗੀ ਵੀ 8 ਸੈਕਿੰਡ ਦੇ ਵਿੱਚ। ਉਹ 8 ਸੈਕਿੰਡ ਕਿ ਪਲੰਟੀ ਦਾ ਇੱਕ ਹੁੰਦਾ ਵਾ, ਆਪਣੀ ਸਟੋਕ ਦਾ ਹੁੰਦਾ ਵਾ, ਕਿੰਨਾ ਮਤਲਬ ਟਾਈਮ ਹੁੰਦਾ ਵਾ। ਇਹਨੇ 8 ਸੈਕਿੰਡ ਦਾ ਜਿਹੜਾ ਰਿਕਾਰਡ ਹੈ ਗੋਲ ਦਾ, ਪਹਿਲਾਂ 15 ਸੈਕਿੰਡ ਦਾ ਸੀਗਾ, ਇਹਨੇ 8 ਸੈਕਿੰਡ 'ਚ ਗੋਲ ਕੀਤਾ ਉਹਦਾ। ਅਤੇ ਚਲੋ ਪਰਮਾਤਮਾ ਦੀ ਇੱਥੇ ਬੜੀ ਕਿਰਪਾ, ਬੜੀ ਮਿਹਨਤ ਦੇ ਨਾਲ ਬੜਾ ਮਨ ਲਾ ਕੇ ਇਹ ਖੇਡਦਾ ਵਾ। ਚਲੋ ਪਰਮਾਤਮਾ ਇਸੇ ਤਰ੍ਹਾਂ ਇਹਨੂੰ ਲੰਬੀ ਉਮਰ ਬਖਸ਼ੇ, ਸਾਰੇ ਪਿੰਡ ਦੀ ਸਾਰੇ ਨਗਰ ਦੀ ਜਿਹੜੀ ਅਰਦਾਸ ਹੈ ਪਰਮਾਤਮਾ ਇਸੇ ਤਰ੍ਹਾਂ ਅੱਗੇ ਕਿਰਪਾ ਕਰੇ, ਇਸੇ ਤਰ੍ਹਾਂ ਹੀ ਖੇਡਦਾ ਰਹੇ ਪਰਮਾਤਮਾ ਤੰਦਰੁਸਤੀ ਬਖਸ਼ੇ ਨੂੰ। ਅਤੇ ਸਾਡੇ ਮਨ ਨੂੰ ਬਹੁਤ ਹੀ ਖੁਸ਼ੀ ਹੈਗੀ। ਤੁਸੀਂ ਦੱਸਿਆ ਕਿ ਸ਼ਾਹਬਾਨ ਜਾਂ ਚੰਡੀਗੜ੍ਹ ਪ੍ਰੈਕਟਿਸ ਕਰਦਾ ਕਿ ਪਿੰਡ ਦੇ ਨੇੜੇ ਤੇੜੇ ਕੋਈ ਗਰਾਊਂਡ ਨਹੀਂ ਹੈ? ਦੂਰ ਜਾਣ ਦਾ ਕਾਰਨ ਇਹੀ ਹੈ ਵੀ ਸਾਡੇ ਇੱਥੇ ਕੋਈ ਗਰਾਊਂਡ ਨਹੀਂ ਹੈਗੀ ਇਸ ਲਾਗੇ, ਜੰਡਿਆਲਾ ਗੁਰੂ ਦੇ ਵਿੱਚ ਮਤਲਬ ਵੀ ਇਲਾਕਾ ਸਾਡਾ ਜਿੰਨਾ ਵੀ ਹੈ, ਇੱਥੇ ਕੋਈ ਘਾਹ ਵਾਲੀਆਂ ਗਰਾਊਂਡਾਂ ਹੋ ਗਈਆਂ ਅਤੇ ਬੱਚੇ ਉੱਥੇ ਹੀ ਖੇਡਦੇ ਹੈਗੇ। ਉੱਥੋਂ ਖੇਡ ਕੇ ਮੁੜ ਕੇ ਜਦੋਂ ਬਾਅਦ 'ਚ ਟਰਫ 'ਤੇ ਖੇਡਦੇ ਜਾ ਕੇ ਉੱਥੇ ਇਹਨਾਂ ਨੂੰ ਪ੍ਰੋਬਲਮ ਆਉਂਦੀ ਹੈਗੀ, ਉੱਥੇ ਮਤਲਬ ਵੀ ਪੈਰ ਫਿਸਲਦੇ ਆ ਜਾਂ ਮਤਲਬ ਵੀ ਡਿੱਗ ਪੈਂਦੇ ਜਾਂ ਸੱਟ ਲੋ ਕੁਛ ਵੀ, ਉੱਥੇ ਮਤਲਬ ਵੀ ਉਹ ਪੈਰ ਚੱਲਦਾ ਨਹੀਂ ਇਹਨਾਂ ਦਾ। ਜੇ ਉਹੀ ਸਾਡੇ ਇਲਾਕੇ ਦੇ ਵਿੱਚ ਇੱਥੇ ਗਰਾਊਂਡ ਹੋਵੇ, ਟਰਫ ਹੋਵੇ, ਅਤੇ ਮੇਰੇ ਹਿਸਾਬ ਨਾਲ ਮੈਂ ਕਹਿੰਦਾ ਵੀ ਇੱਥੋਂ ਇੱਕ ਗੁਰਜੰਟ ਨਹੀਂ ਕਈ ਗੁਰਜੰਟ ਹੋਰ ਨਿਕਲਣਗੇ। ਸਾਡਾ ਮਤਲਬ ਏਰੀਆ ਮਿਹਨਤੀ ਆ, ਮਿਹਨਤੀ ਲੋਕ ਹੈਗੇ ਸਾਰੇ, ਕਿਉਂਕਿ ਖੇਤੀਬਾੜੀ ਵਾਲੇ ਲੋਕ ਆ ਇਹ ਬੱਚੇ ਜਿੰਨੇ ਵੀ ਵੇਖੋ ਤੁਸੀਂ, ਇਹ ਸਾਰੇ ਜਿੰਨੇ ਵੀ ਪਲੇਅਰ ਗਏ ਹੈਗੇ ਸਾਰੇ ਹੀ ਗਰੀਬ ਘਰਾਂ ਦੇ ਹੈਗੇ, ਅਤੇ ਸਾਰਿਆਂ ਦੇ ਮਾਪੇ ਜਿਹੜੇ ਹੈਗੇ ਉਹ ਹਾਰਡਵਰਕ ਕਰਦੇ ਹੈਗੇ। ਜੇ ਉਹਨਾਂ ਦੇ ਮਾਪੇ ਹਾਰਡਵਰਕ ਕਰਦੇ ਹੈਗੇ ਅਤੇ ਗਾੜੀ ਉਹਨਾਂ ਦੇ ਬੱਚੇ ਵੀ ਹਾਰਡਵਰਕ ਕਰਕੇ ਵੇਖੋ ਵੀ ਉਹ ਹਰਮਨ ਆ, ਉਹਦੇ ਫਾਦਰ ਵੀ ਖੇਤੀਬਾੜੀ ਕਰਦੇ ਆ, ਦਿਲਪ੍ਰੀਤ ਆ, ਜੋ ਜਿੰਨੇ ਵੀ ਪਲੇਅਰ ਆ ਸਾਰੇ ਖੇਤੀਬਾੜੀ ਕਰਨ ਵਾਲੇ ਆ, ਮਿਹਨਤ ਕਰਨ ਵਾਲੇ ਬੰਦਿਆਂ ਦੇ ਜਿਹੜੇ ਬੱਚੇ ਹੈਗੇ ਉਹੀ ਪੁਲਿਸ ਤੱਕ ਪਹੁੰਚੇ ਹੈਗੇ। ਅਤੇ ਜੇ ਉਹਨਾਂ ਨੂੰ ਮੈਂ ਕਹਿੰਦਾ ਵੀ ਜੇ ਇੱਥੇ ਕੋਈ ਚੰਗੀ ਗਰਾਊਂਡ ਮਿਲ ਜਾਵੇ ਅਤੇ ਹੋਰ ਪਲੇਅਰ ਇੱਥੋਂ ਬਹੁਤ ਨਿਕਲ ਸਕਦੇ ਹੈਗੇ। ਸੋ ਗੁਰਜੰਟ ਦੇ ਦਾਦਾ ਜੀ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਬਜ਼ੁਰਗੋ, ਗੁਰਜੰਟ ਕਰਕੇ ਅੱਜ ਨਾਂ ਰੋਸ਼ਨ ਹੋ ਰਿਹਾ ਤੁਹਾਡੇ ਪਿੰਡ ਦਾ, ਪਰਿਵਾਰ ਦਾ? ਬਿਲਕੁਲ, ਇਲਾਕੇ ਦਾ ਜੀ, ਪਿੰਡ ਦਾ ਕਾਹਦਾ, ਅੰਮ੍ਰਿਤਸਰ ਜ਼ਿਲ੍ਹੇ ਦਾ ਹੁਣ ਜਾ, ਹਿੰਦੁਸਤਾਨ ਦਾ, ਪੰਜਾਬ, ਇੰਡੀਆ ਸਾਰੀ ਦਾ ਹੋ ਰਿਹਾ। ਅਤੇ ਕਿੱਦਾਂ ਮਹਿਸੂਸ ਹੁੰਦਾ? ਅਸੀਂ ਤਾਂ ਇੰਨੀ ਖੁਸ਼ੀ ਹਾਂ, ਅਸੀਂ ਤਾਂ ਭੰਗੜਾ ਵੀ ਦਿਨੇ ਵੀ ਪਾਈ ਜਾਂਦੇ, ਹੁਣ ਵੀ ਪਾਉਣਾ ਫਿਰ ਇਹਨਾਂ ਉੱਤੇ ਮਾਣ। ਉਹ ਮੇਰਾ ਨਾਲ ਜਦੋਂ ਛੋਟਾ ਬੱਚਾ ਹੋਏ ਨਾ ਅਤੇ ਉਹ ਮੇਰਾ ਖਿਆਲ 10-12 ਸਾਲ ਮੇਰੇ ਨਾਲ ਹੀ ਸੌਂਦਾ ਹੁੰਦਾ ਸੀ, ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਉਹਦੇ ਹੱਥੋਂ ਬਾਅਦ, ਹੁਣ ਵੀ ਬਹੁਤ ਕਰਦਾ। ਜਦੋਂ ਵੀ ਉਹ ਖੇਡ ਕੇ ਆਉਂਦੇ ਆ, ਪਹਿਲਾਂ ਉਹਨੇ ਮੈਨੂੰ ਮਿਲਣਾ ਆ ਕੇ, ਇਸ ਕੋਲ ਉਹਨੇ ਉੱਧਰੋਂ ਆਉਣਾ ਮੇਰੇ ਨਾਲ ਕਿ ਬਾਪੂ ਜੀ ਕੀ ਹਾਲ ਹੈ, ਕਿੱਦਾਂ ਚੰਗੇ ਆ। ਹੁਣ ਵੀ ਮੈਂ ਤਾਂ ਗੁਰੂ ਘਰ ਇਹੋ ਹੀ ਬੇਨਤੀ ਕਰਦਾ, ਗੁਰੂ 10ਵੇਂ ਪਾਤਸ਼ਾਹ ਗੜੀ, ਵੀ ਇਹ ਸਾਡਾ ਪੋਤਰਾ ਜਿਹੜਾ ਨਾ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦਾ, ਇੰਡੀਆ ਦਾ ਨਾਂ ਬਣਾ ਕੇ ਆਵੇ ਤਾਂ ਫਿਰ ਅਸੀਂ ਹੋਰ ਭੰਗੜਾ ਪਾਵਾਂਗੇ। ਸੋ ਇਹ ਸਨ ਗੁਰਜੰਟ ਦੇ ਦਾਦੇ ਜੋ ਖੁਸ਼ੀ ਜ਼ਾਹਰ ਕਰ ਰਹੇ ਹਨ। ਗੁਰਜੰਟ ਦੇ ਚਾਚਾ ਜੀ ਜੋ ਕਿ ਪਿੰਡ ਦੇ ਸਰਪੰਚ ਹਨ, ਕਿੰਨਾ ਖੁਸ਼ੀ ਹੋ ਰਹੀ ਹੈ? ਬਹੁਤ ਖੁਸ਼ੀ ਹੋ ਰਹੀ ਹੈ ਜੀ। ਅੱਜ ਜਿਹੜਾ ਇਹਨਾਂ ਗੁਰਜੰਟ ਨੇ ਵੀ ਗੋਲ ਮਾਰਿਆ, ਦਿਲਪ੍ਰੀਤ ਨੇ ਮਾਰਿਆ, ਔਰ 3 ਗੋਲ ਜਿਹੜੇ ਇਹਨਾਂ ਕੀਤੇ ਆ, ਔਰ 3 ਗੋਲ ਜਿਹੜਾ ਕਰਕੇ ਉਹ ਜੋ ਅੱਜ ਇਹਨਾਂ ਕੁਆਟਰ ਫਾਈਨਲ ਜਿੱਤਿਆ ਜੀ, ਉਹ ਇੰਡੀਆ ਦੀ ਝੋਲੀ ਪਾਇਆ ਜੀ। ਬੜੀ ਖੁਸ਼ੀ ਹੋ ਰਹੀ ਹੈ ਇਸ ਨਗਰ ਨੂੰ, ਸਾਡੇ ਇਸ ਪਰਿਵਾਰ ਨੂੰ। ਤੁਸੀਂ ਸਰਪੰਚ ਵੀ ਹੋ, ਤੁਹਾਡੇ ਇਲਾਕੇ ਗਰਾਊਂਡ ਨਹੀਂ ਹੈ?
ਗਰਾਊਂਡ ਵੇਖੋ, ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀ ਹਾਈ ਲੈਵਲ 'ਤੇ ਗਰਾਊਂਡ ਜਿਹੜੀ 8-10 ਪਿੰਡਾਂ ਦੀ ਇੱਕ ਹੋਣੀ ਚਾਹੀਦੀ ਹੈ, ਜਿੱਥੇ ਜਿਹੜੇ ਬੱਚੇ ਚੰਗੀ ਤਿਆਰੀ ਕਰ ਸਕਣ। ਅਸੀਂ ਤਾਂ ਪਿੰਡ ਲੋਵਲ ਲੈਵਲ 'ਤੇ ਜਿਹੜੀ ਇੱਕ ਛੋਟੀ ਗਰਾਊਂਡ ਦੇ ਸਕਦੇ ਹਾਂ। ਚਲੋ ਆਪਣੀ ਪੰਚਾਇਤ ਦੇ ਨਾਲ ਹੀ ਵਿਚਾਰ ਵਟਾਂਦਰਾ ਕਰਕੇ ਔਰ ਇਹਦਾ ਮਤਾ ਪਾ ਕੇ ਔਰ ਅਸੀਂ ਗਰਾਊਂਡ ਜ਼ਰੂਰ ਛੱਡਾਂਗੇ ਜੀ। ਸੋ ਇਹ ਸਾਨੂੰ ਗੁਰਜੰਟ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਵੱਲੋਂ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਦੀ ਪਰਫੋਰਮੈਂਸ ਅੱਜ ਗੁਰਜੰਟ ਵੱਲੋਂ ਦਿਖਾਈ ਗਈ ਹੈ, ਅਤੇ ਇਹਨਾਂ ਕਹਿਣਾ ਕਿ ਅਰਦਾਸ ਕਰ ਰਹੇ ਹਨ ਕਿ ਸੈਮੀਫਾਈਨਲ ਦੇ ਵਿੱਚ ਵੀ ਜਿੱਤਣ ਅਤੇ ਭਾਰਤ ਲਈ ਗੋਲਡ ਮੈਡਲ ਜਿੱਤ ਕੇ ਲਿਆਉਣ। ਕੈਮਰਾਮੈਨ ਮੋਹਿਤ ਸੁਖਚੈਨ ਸਿੰਘ, ਅੰਮ੍ਰਿਤਸਰ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ। ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।